ਦੇਖੋ ਕੰਗਨਾ ਰਣੌਤ ਤਾਂ ਮਤਲਬ ਉਹ ਤਾਂ ਬੜਬੋਲੀ ਲੀਡਰ ਹੈਗੀ ਹੈ। ਇਹ ਜਿਹੜੀ ਸਿਆਸੀ ਪਾਰਟੀਆਂ ਹਮੇਸ਼ਾ ਇਹਨਾਂ 'ਚ ਕੋਈ ਨਾ ਕੋਈ ਬੰਦੇ ਨੂੰ ਇਹ ਲਗਾਮ ਖੁੱਲ੍ਹੀ ਛੱਡ ਦਿੰਦੇ ਆ। ਉਹ ਸ਼ੁਰੂ ਤੋਂ ਬੜੀ ਲੂਜ਼ ਕੈਨਨ ਕਹਿੰਦੇ ਅੰਗਰੇਜ਼ੀ 'ਚ ਕਿ ਮੂੰਹ ਫੱਟ ਹੈਗੀ ਹੈ, ਰੋਕ ਸਕਦੀ ਹੈ। ਪਹਿਲਾਂ ਸਿਮ੍ਰਿਤੀ ਇਰਾਨੀ ਸੀਗੀ ਪਿਛਲੀ ਲੋਕ ਸਭਾ 'ਚ, ਉਸ ਤੋਂ ਪਹਿਲਾਂ ਕੋਈ ਹੋਰ ਸੀਗਾ, ਅਤੇ ਹੁਣ ਇਹ ਜਿਹੜੀ ਬੜਬੋਲੀ ਲੀਡਰ ਇਹਨੂੰ ਇਹਦੀਆਂ ਲਗਾਮਾਂ ਖੁੱਲ੍ਹੀਆਂ ਛੱਡੀਆਂ ਹੋਈਆਂ। ਕਿੰਨਾ ਚਿਰ ਖੁੱਲ੍ਹੀਆਂ ਛੱਡਦੇ, ਕਦੋਂ ਉਹਨੂੰ ਚੁੱਪ ਕਰਾਉਣਾ, ਇਹ ਬੀਜੇਪੀ ਦਾ ਕੰਮ ਹੈਗਾ, ਆ ਸਾਡਾ ਇਹ ਪ੍ਰਤੀਕਰਮ ਇਹੀ ਹੈ। ਕੰਗਨਾ ਰਣੌਤ ਤਾਂ ਮਤਲਬ ਉਹ ਤਾਂ ਬੜਬੋਲੀ ਲੀਡਰ ਹੈਗੀ ਹੈ। ਇਹ ਜਿਹੜੀ ਸਿਆਸੀ ਪਾਰਟੀਆਂ ਹਮੇਸ਼ਾ ਇਹਨਾਂ 'ਚ ਕੋਈ ਨਾ ਕੋਈ ਬੰਦੇ ਨੂੰ ਇਹ ਲਗਾਮ ਖੁੱਲ੍ਹੀ ਛੱਡ ਦਿੰਦੇ ਆ, ਔਰ ਇਹ ਪਾਣੀ 'ਚ ਵੱਟਾ ਮਾਰ ਕੇ ਦੇਖਦੇ ਵੀ ਕਿੰਨੀਆਂ ਤਰੰਗਾਂ ਉੱਠਦੀਆਂ, ਕਿੰਨਾ ਕੁ ਹਲਚਲ ਹੁੰਦੀ ਹੈਗੀ ਹੈ ਸਾਡੇ ਇਸ ਬਿਆਨ ਨਾਲ। ਅਤੇ ਉਹ ਸ਼ੁਰੂ ਤੋਂ ਬੜੀ ਲੂਜ਼ ਕੈਨਨ ਕਹਿੰਦੇ ਅੰਗਰੇਜ਼ੀ 'ਚ ਕਿ ਮੂੰਹ ਫੱਟ ਹੈਗੀ ਹੈ। ਕਦੀ ਤਾਂ ਕਿਸਾਨਾਂ ਨੂੰ ਕਹਿੰਦੀ ਹੈ ਕਿ ਖਾਲਿਸਤਾਨੀ ਹੈਗੀ ਹੈ, ਕਦੀ ਕਹਿੰਦੀ ਇੱਥੇ ਜਿਹੜੀਆਂ ਬਜ਼ੁਰਗ ਲੇਡੀ ਸਾਡੀ ਮਾਵਾਂ ਭੈਣਾਂ ਜਾਂਦੀਆਂ ਉੱਥੇ ਮਜ਼ਾਰਿਆਂ 'ਚ, ਜਿਹੜੀ ਕਿ ਪੰਜਾਬ ਦੀ ਵਿਲੱਖਣਤਾ ਰਹੀ ਹੈ, ਦੁਨੀਆ ਦਾ ਸਭ ਤੋਂ ਵੱਡਾ ਸ਼ਾਂਤਮਈ ਸੰਘਰਸ਼ ਰਿਹਾ ਕਿਸਾਨ ਅੰਦੋਲਨ। ਉਸ ਅੰਦੋਲਨ 'ਚ ਸ਼ਾਮਿਲ ਹੋਣੇ ਔਰਤਾਂ ਨੂੰ ਕਹਿੰਦੀ ਕਿ 100 ਰੁਪਏ ਕਿਰਾਏ 'ਤੇ ਲੈਂਦੀਆਂ ਔਰਤਾਂ ਹੈਗੀਆਂ, ਕਦੇ ਉੱਥੇ ਕਹਿੰਦੀ ਹੈ ਕਿ ਉੱਥੇ ਰੇਪ ਹੁੰਦੇ ਰਹੇ, ਕਦੇ ਇਹ ਕਹਿੰਦੀ ਹੈ ਕਿ ਜੇਕਰ ਸਾਡੀ ਮੋਦੀ ਸਰਕਾਰ ਇਹਨੂੰ ਨਾਨ ਜੇਠਰੀ ਸੰਜੀਦਗੀ ਨਾਲ ਤਾਂ ਇੱਥੇ ਬੰਗਲਾਦੇਸ਼ ਵਰਗੇ ਹਾਲਤ ਬਣ ਜਾਣੇ ਸੀਗੇ। ਜਦਕਿ ਸਭ ਨੂੰ ਪਤਾ ਹੈਗਾ ਕਿ ਐਡੇ ਵੱਡੇ ਅੰਦੋਲਨ 'ਚ, ਇੰਨਾ ਲੰਮੇ ਚੰਮੇ ਲੰਮੇ ਚੱਲੇ ਅੰਦੋਲਨ 'ਚ ਇੱਕ ਵੀ ਪੱਤਾ ਨਹੀਂ ਤੋੜਿਆ, ਇੱਕ ਵੀ ਫੁੱਲ ਨਹੀਂ ਤੋੜਿਆ, ਇੱਕ ਵੀ ਵੱਟਾ ਨਹੀਂ ਚੱਲਿਆ ਹੈਗਾ, ਇੱਕ ਵੀ ਕੋਈ ਜਾਤੀ ਨਹੀਂ ਕੀਤੀ ਕਿਸਾਨਾਂ ਨੇ। ਬੜੀ ਸ਼ਾਂਤਮਈ ਸੰਘਰਸ਼ ਹੈਗਾ, ਜਿਹਦੀ ਦੁਨੀਆ ਭਰ 'ਚ ਇੰਨਾ ਬੜਾ ਲੰਬਾ ਸੰਘਰਸ਼ ਸ਼ਾਂਤਮਈ ਦੀ ਕੋਈ ਉਦਾਹਰਣ ਨਹੀਂ ਮਿਲਦੀ ਹੈਗੀ, ਮਿਸਾਲੀ ਸੰਘਰਸ਼ ਹੈਗਾ। ਸੋ ਉਸ ਬਾਰੇ ਵੀ ਜੋ ਬਕੜਵਾ ਕਰਦੀ ਹੈਗੀ ਹੈ, ਜੋ ਹਾਲਾਂਕਿ ਮੈਂ ਉਹਦੀ ਹਮਾਇਤ ਨਹੀਂ ਕਰਦਾ, ਜੋ ਸਾਡੀ ਪੰਜਾਬ ਦੀ ਨੌਜਵਾਨ ਧੀ ਨੇ ਚੰਡੀਗੜ੍ਹ ਏਅਰਪੋਰਟ 'ਤੇ ਜਿਹੜਾ ਇੱਕ ਮਤਲਬ ਥੱਪੜ ਮਾਰਨ ਦਾ ਵੀ ਕਾਂਡ ਹੋਇਆ ਸੀਗਾ, ਉਹ ਵੀ ਜਿਸ ਤਰ੍ਹਾਂ ਇਹਨਾਂ ਜਜ਼ਬਾਤਾਂ ਨੂੰ ਠੇਸ ਪਹੁੰਚਾਈ ਹੈ ਪੰਜਾਬੀਆਂ ਦੇ ਨੂੰ, ਜਾਂ ਪੰਜਾਬੀ ਗੈਰਤ ਨੂੰ ਲਲਕਾਰਿਆ ਹੈਗਾ ਹੈ, ਉਹਦਾ ਇੱਕ ਜਵਾਬ ਸੀਗਾ ਜੋ ਇਹਨੂੰ ਚੰਡੀਗੜ੍ਹ ਇਹਨੂੰ ਐਵਕਿਆ। ਔਰ ਬੀਜੇਪੀ ਇਹ ਨਹੀਂ ਕਿ ਉਹ ਇਹਨੂੰ ਰੋਕ ਨਹੀਂ ਸਕਦੀ, ਰੋਕ ਸਕਦੀ ਹੈ। ਪਹਿਲਾਂ ਸਿਮ੍ਰਿਤੀ ਇਰਾਨੀ ਸੀਗੀ ਪਿਛਲੀ ਲੋਕ ਸਭਾ 'ਚ, ਉਸ ਤੋਂ ਪਹਿਲਾਂ ਕੋਈ ਹੋਰ ਸੀਗਾ, ਅਤੇ ਹੁਣ ਇਹ ਜਿਹੜੀ ਬੜਬੋਲੀ ਲੀਡਰ ਇਹਨੂੰ ਇਹਦੀਆਂ ਲਗਾਮਾਂ ਖੁੱਲ੍ਹੀਆਂ ਛੱਡੀਆਂ ਹੋਈਆਂ। ਉਹ ਕਿੰਨਾ ਚਿਰ ਖੁੱਲ੍ਹੀਆਂ ਛੱਡਦੇ, ਕਦੋਂ ਉਹਨੂੰ ਚੁੱਪ ਕਰਾਉਣਾ, ਇਹ ਬੀਜੇਪੀ ਦਾ ਕੰਮ ਹੈਗਾ। ਆ ਸਾਡਾ ਇਹ ਪ੍ਰਤੀਕਰਮ ਇਹੀ ਹੈ ਕਿ ਅਸੀਂ ਔਰਤ ਦੀ ਇੱਜ਼ਤ ਕਰਦੇ ਹੈਗੇ, ਬਤੌਰ ਔਰਤ ਦੀ ਇੱਜ਼ਤ ਕਰਦੇ ਹਾਂ, ਪਰ ਉਹਨੂੰ ਇੱਦਾਂ ਦੀ ਜਿਹੜੀ ਮਤਲਬ ਘਟੀਆ ਬਿਆਨਬਾਜ਼ੀ ਹੈਗੀ ਹੈ, ਜਿਹੜੀ ਮਤਲਬ ਜਿਹੜੀ ਪੰਜਾਬ ਦੇ ਗੌਰਵ ਨੂੰ, ਪੰਜਾਬ ਦੇ ਵਿਰਸੇ ਵਿਰਾਸਤ ਨੂੰ ਵੰਗਾਰਦੀ ਹੈਗੀ ਹੈ, ਉਹ ਤੋਂ ਉਹਨੂੰ ਪਰਹੇਜ਼ ਕਰਨਾ ਚਾਹੀਦਾ। ਐਮਰਜੈਂਸੀ ਫਿਲਮ ਹੈ ਜਿਹੜੀ, ਉਹਦੇ ਵਿੱਚ ਸਿੱਖਾਂ ਦੇ ਅਕਸ ਨੂੰ ਉਜਾੜ ਕੇ ਪੇਸ਼ ਕੀਤਾ ਗਿਆ। ਹਾਂਜੀ, ਉਹਦੇ ਤੇ ਕੀ ਤੁਸੀਂ ਚਾਹੁੰਦੇ ਹੋ? ਨਹੀਂ ਦੇਖੋ ਜੀ, ਜੇ ਇੱਕ ਜਨਰਲੀ ਮੈਂ ਕਿਸੇ ਵੀ ਆ ਜਿਹੜਾ ਆਰਟ ਦਾ ਪੀਸ ਹੈਗਾ, ਚਾਹੇ ਉਹ ਕੋਈ ਲਿਖਣ ਕਲਾ ਦਾ ਪੀਸ ਹੈ, ਚਾਹੇ ਉਹ ਕੋਈ ਡਰਾਮਾ ਹੈਗਾ, ਚਾਹੇ ਕੋਈ ਫਿਲਮ ਹੈਗੀ ਹੈ, ਚਾਹੇ ਕੋਈ ਹੋਰ ਮਾਧਿਅਮ ਹੈਗਾ ਪ੍ਰਚਾਰ ਪ੍ਰਸਾਰ ਦਾ, ਮੈਂ ਉਹਦੇ 'ਤੇ ਪਾਬੰਦੀ ਲਾਉਣ ਦੇ ਹੱਕ 'ਚ ਨਹੀਂ ਹੈਗਾ। ਪਰ ਜਿਹੜਾ ਆਰਟ ਦਾ ਪੀਸ, ਚਾਹੇ ਫਿਲਮ ਕਿਉਂ ਹੋਵੇ, ਚਾਹੇ ਉਹ ਲਿਖਤੀ ਕਿਉਂ ਨਾ ਹੋਵੇ, ਜੇ ਇੱਕ 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 ਵਰਗ ਵਿਸ਼ੇਸ਼ ਦੇ ਖਿਲਾਫ ਨਫ਼ਰਤ ਫੈਲਾਉਂਦੀ ਹੋਵੇ, ਜਾਂ ਉਹਦਾ ਅਕਸ ਵਿਗਾੜਦੀ ਹੋਵੇ, ਜਾਂ ਉਹ ਇੱਕ ਅਮਨ ਚੈਨ ਵਾਲੇ ਭਾਈਚਾਰੇ 'ਚ ਉਹ ਲਾਂਭੂ ਲਾਉਣ ਦਾ ਕੰਮ ਕਰਦੀ ਹੋਵੇ, ਤਾਂ ਲਾਜ਼ਮੀ ਤੌਰ 'ਤੇ ਉਸ ਫਿਲਮ ਦੀ ਜਿਹੜੀ ਸੈਂਸਰ ਬੋਰਡ ਨੇ ਉੱਤੇ ਸਵਾਲ ਖੜ੍ਹੇ ਕੀਤੇ ਹੈਗੇ, ਬਿਲਕੁਲ ਜਾਇਜ਼ ਨੇ, ਔਰ ਉਹਨੂੰ ਇਜਾਜ਼ਤ ਨਹੀਂ ਹੋਣੀ ਚਾਹੀਦੀ। ਡਾਕਟਰ ਸਾਹਿਬ, ਸਿਮਰਨਜੀਤ ਸਿੰਘ ਮਾਨ ਨੇ ਵੱਡਾ ਕੱਦ ਹੈ, ਉਮਰ ਵੀ ਵੱਡੀ ਹੈ, ਉਹਨਾਂ ਵੱਲੋਂ ਟਿੱਪਣੀ ਕੀਤੀ ਗਈ ਹੈ ਕੰਗਣਾ? ਨਹੀਂ, ਉਹ ਬੜੀ ਭੱਦੀ ਟਿੱਪਣੀ, ਮੈਂ ਉਹਦਾ ਬਿਲਕੁਲ ਹਮਾਇਤੀ ਨਹੀਂ ਹੈਗਾ। ਉਹਨਾਂ ਨੇ ਜੋ ਕਿਹਾ ਹੈਗਾ ਉਹਨਾਂ ਦੇ ਕੱਦ ਦੇ ਲੀਡਰ ਨੂੰ, ਉਹਨਾਂ ਦੀ ਉਮਰ ਦੇ ਲੀਡਰ ਨੂੰ ਬਿਲਕੁਲ ਸ਼ੋਭਾ ਨਹੀਂ ਦਿੰਦਾ ਕਿ ਇੰਨੀ ਮਤਲਬ ਘਟੀਆ ਸ਼ਬਦਾਵਲੀ ਕਿਸੇ ਔਰਤ ਵਾਸਤੇ ਵਰਤੀ ਜਾਵੇ, ਚਾਹੇ ਉਹ ਔਰਤ ਸਿਆਸੀ ਤੌਰ 'ਤੇ ਕਿੱਡੀ ਵੀ ਵੱਡੀ ਵਿਰੋਧੀ ਕਿਉਂ ਨਾ ਹੋਵੇ।